ਨਹੀਂ ਚਲੇਗੀ, ਨਹੀਂ ਚਲੇਗੀ। ਲੋੜ ਪਈ ਸੰਘਰਸ਼ਾਂ ਨਾਲ ਹੱਕ ਲਵਾਂਗੇ ਇੱਕੇ ਨਾਲ, ਲੋੜ ਪਈ ਸੰਘਰਸ਼ਾਂ ਨਾਲ। ਆਂਗਨਵਾੜੀ ਵਰਕਰ ਆਪਣੀ ਮੰਗਾਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਤੁਸੀਂ ਦੇਖ ਰਹੇ ਹੋ ਸਮਾਣਾ ਬੱਸ ਸਟੈਂਡ ਦੇ ਵਿੱਚ ਆਂਗਨਵਾੜੀ ਮੁਲਾਜ਼ਮ ਵੱਲੋਂ ਆਪਣੀ ਮੰਗਾਂ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਨਾਂ 'ਤੇ ਇਹਨਾਂ ਦਾ ਦੋਸ਼ ਹੈ ਵੀ ਸਰਕਾਰਾਂ ਸਾਡੀ ਨਹੀਂ ਸੁਣ ਰਹੀ ਇਨ ਮੰਗਾਂ ਲੈ ਕੇ। ਖਾਸ ਕਰ ਜਿਹੜੇ 3 ਸਾਲ ਦੇ ਜਿਹੜੇ ਬੱਚੇ ਆ ਜਿਹੜੇ ਪਹਿਲੇ ਆਂਗਨਵਾੜੀ 'ਚ ਆਉਂਦੇ ਸੀ ਉਹਨਾਂ ਨੂੰ ਸਰਕਾਰ ਨੇ ਪ੍ਰਾਇਮਰੀ ਸਕੂਲਾਂ 'ਚ ਭੇਜਣਾ ਸ਼ੁਰੂ ਕਰਤਾ। ਇਸ ਮੁੱਦੇ ਨੂੰ ਲੈ ਕੇ ਅਤੇ ਜਿਹੜਾ ਇਨਕੀ ਮਾਣ ਭੱਤਾ ਹੈ ਉਹ ਵਧਾਇਆ ਜਾਵੇ, ਔਰ ਜਿਹੜੇ ਮਾਣ ਭੱਤਾ ਵੀ 3-3, 4-4 ਮਹੀਨੇ ਸੈਂਟਰ ਵੱਲੋਂ ਵੀ ਨਹੀਂ ਭੇਜਦਾ, 40% ਕੇਂਦਰ ਸਰਕਾਰ ਨੇ ਦੇਣਾ, ਬਾਕੀ 60% ਪੰਜਾਬ ਸਰਕਾਰ ਨੇ ਦੇਣਾ। ਇਨ ਸਾਰੇ ਮੁੱਦਿਆਂ ਨੂੰ ਲੈ ਕੇ ਆਂਗਨਵਾੜੀ ਵਰਕਰ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਇਹਨਾਂ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਗਿਆ, ਕਿੱਥੇ ਕਿੱਥੇ ਪ੍ਰਦਰਸ਼ਨ ਹੋ ਰਿਹਾ, ਗੱਲਬਾਤ ਕਰਦੇ ਇਹਨਾਂ ਨਾਲ। ਜੀ ਪੂਰੇ ਪੰਜਾਬ ਦੇ ਵਿੱਚ ਹਰ ਥਾਂ 'ਤੇ ਸਾਡਾ ਅੱਜ ਚੰਡੀਗੜ੍ਹ ਹੈਗਾ, ਪੂਰੇ ਪੰਜਾਬ ਉੱਥੇ ਪਹੁੰਚ ਰਿਹਾ। ਇਸ ਕਰਕੇ ਅਸੀਂ ਵੀ ਇੱਕ ਬੱਸ ਪਿੰਡਾਂ 'ਚੋਂ ਜਾ ਰਹੀ ਹੈ, ਇੱਕ ਅਸੀਂ ਇੱਧਰਲੇ ਸਰਕਲਾਂ ਨੇ ਕੀਤੀ, ਅਸੀਂ ਵੀ 2 ਬੱਸਾਂ ਲੈ ਕੇ ਉੱਥੇ ਪਹੁੰਚ ਰਹੇ ਹਾਂ। ਅਤੇ ਸਾਡੀ ਮੇਨ ਮੰਗ 3-6 ਸਾਲ ਦੇ ਬੱਚੇ ਨੇ, ਜਿੰਨਾ ਚਿਰ ਸਾਡੇ ਸੈਂਟਰਾਂ ਦੇ ਵਿੱਚ 3-6 ਸਾਲ ਦੇ ਬੱਚੇ ਸਾਡੀਆਂ ਰੌਣਕਾਂ ਵਾਪਸ ਨਹੀਂ ਆਉਂਦੀਆਂ, ਉਹਨਾਂ 'ਚ ਸਾਨੂੰ 5 ਸਾਲ ਹੋ ਚੱਲਿਆ ਸੰਘਰਸ਼ ਕਰਦੇ ਨੂੰ, ਅਸੀਂ ਅੱਗੇ ਵੀ ਜਾਰੀ ਰੱਖਾਂ। ਹੋਰ ਮੰਗਾਂ ਇਸ ਤੋਂ ਇਲਾਵਾ? ਸਾਡਾ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਾਡਾ ਮਾਣ ਭੱਤਾ ਦੁੱਗਣਾ ਕੀਤਾ ਜਾਏਗਾ, ਅਤੇ ਇਹ ਉਹ ਇਸ ਵਾਰ 2 ਸਾਲ ਹੋ ਗਏ ਇਸ ਸਰਕਾਰ ਨੂੰ ਆਇਆ, ਪਰ ਅੱਜ ਤੱਕ ਸਾਡੇ ਬਾਰੇ ਕੋਈ ਵਿਚਾਰ ਨਹੀਂ ਕੀਤਾ ਗਿਆ। ਇਸ ਤੋਂ ਅਗਲਾ ਸੰਘਰਸ਼ ਇਸ ਤੋਂ ਅੱਜ ਸਾਡਾ ਉੱਥੇ ਜੋ ਵੀ ਸਾਡਾ ਉੱਥੇ ਤੈਅ ਹੋਏਗਾ, ਇਸ ਤੋਂ ਅਗਲਾ ਸੰਘਰਸ਼ ਸਾਡਾ ਹੋਰ ਵੀ ਤਿੱਖਾ ਹੋਏਗਾ। ਜੋ ਸਰਕਾਰੀ ਸਕੂਲਾਂ ਵਿੱਚ ਤਾਂ ਚਲੇ ਗਏ, ਨਾਲੇ ਪ੍ਰੀ ਨਰਸਰੀ ਟੀਚਰ ਦਾ ਦਰਜਾ ਜੀ। ਹੋਰ ਤਨਖਾਹ? ਤਨਖਾਹ ਦਾ ਵੀ ਸਰਕਾਰ ਨੇ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਸਾਡੇ ਨਾਲ ਕਿ ਦੁੱਗਣੀ ਕਰਾਂਗਾ, ਪਰ ਹਜੇ ਤੱਕ ਕੋਈ ਵੀ ਨਹੀਂ, 2 ਸਾਲਾਂ ਦੇ ਵਿੱਚ ਕੁਝ ਵੀ ਨਹੀਂ ਕੀਤਾ ਇਸ ਸਰਕਾਰ ਨੇ। ਕਿ ਸਾਡਾ ਹੋਰ ਵੀ ਜ਼ਿਆਦਾ ਤਿੱਖਾ ਸੰਘਰਸ਼ ਕਰਾਂਗੇ ਜੀ। ਹਾਂਜੀ, ਮੇਰਾ ਨਾਮ ਨਰਿੰਦਰ ਕੌਰ ਜੀ। ਅਸੀਂ ਹਾਂਜੀ ਅਸੀਂ ਇਹ ਚਾਹੁੰਦੇ ਹਾਂ ਸਰਕਾਰ ਤੋਂ ਆਪਣਾ ਹੱਕ ਲੈਣਾ ਚਾਹੁੰਦੇ ਹਾਂ। ਅਸੀਂ ਕਹਿੰਦੇ ਹਾਂ ਵੀ 3-6 ਸਾਲ ਦੇ ਬੱਚੇ ਸਾਨੂੰ ਵਾਪਸ ਦਿੱਤੇ ਜਾਣ, ਕਿ ਜੋ ਸਰਕਾਰ ਨੇ ਸਾਡੇ ਨਾਲ ਮੰਗ ਕੀਤੀ ਸੀ, ਵਾਅਦਾ ਕੀਤਾ ਸੀ ਕਿ ਤੁਹਾਡੀਆਂ ਤਨਖਾਹਾਂ ਵਧਾਵਾਂਗੇ, ਕੋਈ ਮਾਣ ਭੱਤਾ ਸਾਡਾ ਦੁੱਗਣਾ ਨਹੀਂ ਕੀਤਾ ਗਿਆ। ਕਿੰਨਾ ਹੋਣਾ ਚਾਹੀਦਾ? ਸਾਡਾ ਮਾਣ ਭੱਤਾ ਦੁੱਗਣਾ ਹੋਣਾ ਚਾਹੀਦਾ ਜੀ, ਪੰਜਾਬ ਸਰਕਾਰ ਨੇ ਜੋ ਵਾਅਦਾ ਕੀਤਾ ਹੈਗਾ ਸਾਡੇ ਨਾਲ। ਕਿੰਨਾ ਦੇ ਰਹੀ ਸਰਕਾਰ ਸਾਨੂੰ? ਸਾਡਾ ਜੀ ਅਨੁਪਾਤ ਹੈਗਾ 60% ਸਾਨੂੰ ਪੰਜਾਬ ਗੌਰਮੈਂਟ ਦਿੰਦੀ ਹੈ, 40% ਸਾਨੂੰ ਸੈਂਟਰ ਗੌਰਮੈਂਟ ਦਿੰਦੀ ਹੈ। ਸੈਂਟਰ ਗੌਰਮੈਂਟ ਵੱਲੋਂ ਤਾਂ 2 ਸਾਲ ਹੋ ਗਏ ਸਾਨੂੰ ਬਹੁਤ ਹਰਾਸਮੈਂਟ ਹੁੰਦੀ ਹੈ, ਸਾਡਾ 4500 ਰੁਪਇਆ ਉਹਨਾਂ ਵੱਲੋਂ ਆਉਂਦਾ, ਜੋ ਕਿ 3-3 ਮਹੀਨੇ ਤੱਕ ਵੀ 4-4 ਮਹੀਨੇ ਤੱਕ ਵੀ ਸਾਡੇ ਤੱਕ ਨਹੀਂ ਪਹੁੰਚਦਾ। ਨਹੀਂ ਪਾਉਂਦੀ ਜੀ, ਬਹੁਤ ਸੰਘਰਸ਼ ਕਰਕੇ ਪਾਉਣਾ ਸਾਨੂੰ, ਜੋ ਕੁਛ ਵੀ ਅੱਜ ਤੱਕ ਮਿਲਿਆ ਜੀ ਸਰਕਾਰ ਚਾਹੇ ਕੋਈ ਵੀ ਹੋਵੇ, ਸਾਨੂੰ ਆਪਣੇ ਲੜ ਕੇ ਮਿਲਿਆ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।